घर बैठे पराठेदार अंग्रेजी सीखना होया हुण बहुत ही आसान। लर्न इंग्लिश एट एनी एज इन 7 डेज। 7 दिन च तुसी अंग्रेजी सीख के किसी भी अंग्रेज नूं मुंह तोड़ जवाब दे सकते हो। अंग्रेजी सीखना बहुत ही आसान होया। तो चलो शुरू करते हाँ असी अंग्रेजी दे बेसिक्स तो। जे तुसी किसी नूं पुछना है की हाल है थोड़ा, तुसी कहोगे How are you? How are you? Put on your shoes. परांठी पूरी खाई, ठीक है? पापा जी ने टेलीविजन नूं छतरी लवाई सी कि रोज सवेरे शब्द सुनाया करांगे, ते तू सवेरी ला लैनी अंग्रेजी दा कायदा। नाले छेती कर, अमंदर डब्बा पा दे, रोज स्कूल देर ना पहुंचता है। देर की हुंदी है, लेट नहीं बोल सकते। बाबा जी, अमन रोज स्कूल लेट पहुंचता है। वेख्या, कर्ज किन्नी खुशी हुंदी है, अंग्रेजी दा माहौल वेखे। बस आही तां कहनी मैं, एक तां जवाक नूं पिंड वाले स्कूल च पाया होया जिथे अंग्रेजी दा कख नहीं सिखाउंदे, ते जे मैं जरा कोशिश करदी हां तुसीं साथ दे के नहीं राजी। ना तेरे हिसाब ना, जिहड़े बंदे नूं अंग्रेजी नहीं आउंदी ਉਹ ਬੰਦਾ ਕਿਸੇ ਕੰਮ ਦਾ ਨਹੀਂ। ਬਿਲਕੁਲ ਨਹੀਂ। ਤੇਰੇ ਪਾਪਾ ਜੀ ਨੂੰ ਵੀ ਨਹੀਂ ਆਉਂਦੀ, ਤਾਂ ਉਹ ਵੀ ਕਿਸੇ ਕੰਮ ਦੇ ਨਹੀਂ। ਮੈਨੂੰ ਨਹੀਂ ਪਤਾ, ਮੈਨੂੰ ਬਸ ਇੰਨਾ ਪਤਾ ਹੈ ਆ ਪਿੰਡ ਵਾਲੇ ਸਕੂਲ 'ਚ ਪੜ੍ਹ ਕੇ ਮੇਰੇ ਮੁੰਡੇ ਦਾ ਕੁਛ ਨਹੀਂ ਬਣਨਾ। ਲੈ, ਮੈਂ ਵੀ ਤਾਂ ਪਿੰਡ ਵਾਲੇ ਸਕੂਲ 'ਚ ਪੜ੍ਹਿਆ। ਫਿਰ ਤੁਹਾਡਾ ਵੀ ਕੀ ਬਣ ਗਿਆ? ਉਹ ਫੌਜੀ ਤਾਇਆ ਜੀ ਨੂੰ ਦੇਖ ਲਓ, ਜਦੋਂ ਵੀ ਕਿਤੇ ਲੰਘਦੇ ਟੱਪਦੇ ਅਵਤ ਅਵਤ ਜਿਹਾ ਬੋਲਦੇ ਨੇ, ਮੈਨੂੰ ਜਹਿਰ ਜਿਹਾ ਚੜ ਜਾਂਦਾ ਹੈ। ਪਰ ਜਿਵੇਂ ਹੀ ਅੰਗਰੇਜ਼ੀ ਦੇ 4 ਅੱਖਰ ਬੋਲਦੇ ਨੇ, ਮੇਰਾ ਅੱਧਾ ਗੁੱਸਾ ਟਲ ਜਾਂਦਾ ਹੈ। ਮੰਮੀ, ਮੈਂ ਟੂ ਲੇਟ ਹੋ ਜੂੰ। ਹਾਏ, ਮੈਂ ਸਦਕੇ ਜਾਵਾਂ ਟੂ ਲੇਟ ਵਾਲੇ ਦੇ। ਆ ਫੜਫੁੱਟ ਡੱਬਾ ਤੇ ਜਾ ਸਕੂਲ ਨੂੰ। ਡੈਡੀ, ਮੈਨੂੰ ਵੀ ਛੱਡ ਦਿਓ ਨਾ ਸਕੂਲ, ਸਕੂਟਰ ਤੇ। ਉਹ ਮੈਂ ਤਾਂ ਕਰਾਲੀ ਜਾਣਾ ਕੰਮ ਆ ਮੈਨੂੰ। ਡੈਡੀ, ਮੇਰੇ ਨੂੰ ਪਤਾ, ਛੱਡ ਦਿਓ ਨਾ। ਤੂੰ ਵੀ ਝੂਟੀਆਂ ਦਾ ਸ਼ਕੀਨ, ਚੱਲ ਆ ਜਾ। ਆ ਲੈ, ਗੁੱਡ ਲੱਕ। ਚੱਲ ਬੁੱਗੀ ਮਾਰ ਛੱਡ, ਤੈਨੂੰ ਵੀ ਸਕੂਟਰ ਦੇ ਝੂਟੇ ਲੈਣ ਦਾ ਚਾਅ ਰਹਿੰਦਾ। ਨਹੀਂ ਡੈਡੀ, ਮੈਨੂੰ ਸਕੂਟਰ ਦੇ ਝੂਟੇ ਲੈਣ ਦਾ ਚਾਅ ਨਹੀਂ, ਮੈਨੂੰ ਤੇਰੇ ਨਾਲ ਲਾਉਣ ਦਾ ਚਾਅ ਹੈ। ਬਾਏ ਡੈਡੀ। ਜਿਉਂਦਾ ਰਹਿ ਹੁਸ਼ੀ। ਅਫਸਰ ਤਾਂ ਬਹੁਤ ਹੁੰਦੇ ਆ, ਪਰ ਪੜ੍ਹੇ ਲਿਖੇ ਅਫਸਰ ਕੀ ਗੱਲ ਹੀ ਕੋਈ ਹੋਰ ਹੁੰਦੀ ਹੈ। ਤੁਹਾਡੀ ਗੱਲ ਵੀ ਕੁਛ ਹੋਰ ਹੀ ਹੈ। ਹਾਂ, ਇਸਕਾ ਵੀ ਕਾਰਨ ਹੈ, ਕਿਉਂਕਿ ਤੁਸੀਂ ਸਾਥ ਮੇਂ ਬੈਠੇ ਆਪਸ ਮੇਂ ਲੜਤੇ ਰਹਤੇ ਹੋ, ਮੈਂ ਦੁਸ਼ਮਣ ਕੇ ਸਾਥ ਬਾਰਡਰ ਤੇ ਲੜਤਾ ਰਹਾ। ਜਿੱਥੋਂ ਤਾਈਂ ਮੈਨੂੰ ਪਤਾ ਹੈ, 72 ਤੁਹਾਡੀ ਭਰਤੀ ਹੋਈ ਸੀ ਤੇ 98 ਤੁਸੀਂ ਰਿਟਾਇਰ ਹੋ ਗਏ। ਹੁਣ 72 ਤੇ 98 ਵਿਚਾਲੇ ਕੋਈ ਲੜਾਈ ਤਾਂ ਹੋਈ ਨਹੀਂ। ਆ ਮਹਾਰਾਜ, ਤੁਸੀਂ ਕਿਹੜੀ ਲੜਾਈ ਲੜ ਗਏ? ਤੂੰ ਕਾਕਾ ਸੋਲਜਰ ਬੋਰਡ ਵਾਲੇ ਵਾਂਗੂ ਸਾਰਾ ਮੇਰਾ ਰਿਕਾਰਡ ਰੱਖਿਆ ਹੋਇਆ ਹੈ। ਲੜਾਈਆਂ ਬਹੁਤ ਹੋਣੀਆਂ ਸੀ, ਇਹ ਤਾਂ ਮੈਂ ਵਿੱਚ ਪੈ ਕੇ ਲੜਾਈ ਛਿੜਾ ਦਿੰਦਾ ਹੁੰਦਾ ਸੀ। ਆ ਫਿਰ ਤੁਸੀਂ ਲੜਾਈ ਲੜੂਈ ਵਾਲੇ ਫੌਜੀ ਤਾਂ ਨਾ ਹੋਏ ਨਾ, ਆ ਛੁਡਾਉਣ ਛੁਡੂਣ ਵਾਲੇ ਫੌਜੀ ਹੋ ਗਏ। ਸਹੀ ਕਿਹਾ ਨਾ? ਲੈ ਫਿਰ ਟਕੇ ਟਕੇ ਕੇ ਬੰਦੇ ਬਕਵਾਸੇ ਕਰਦੇ ਹੈ। ਆ ਮੈਂ ਤਾਂ ਬੜੇ ਗੁੱਸੇ ਵਾਲਾ ਫੌਜੀ ਹੁੰਦਾ ਸੀ, ਇੱਕ ਵਾਰ ਕੱਲਾ ਹੀ ਆਪਣਾ ਟੈਂਕ ਲੈ ਕੇ ਦੁਸ਼ਮਣ ਕੇ ਏਰੀਏ ਮੇਂ ਘੁਸ ਗਿਆ ਮੈਂ। ਫਾਇਰ ਤੇ ਫਾਇਰ ਕਰ ਰਿਹਾ ਮੈਂ, ਸਾਹਮਣੇ ਫਾਇਰ ਹੀ ਕੋਈ ਨਹੀਂ ਆ ਰਿਹਾ। ਮੈਂ ਪਰੇਸ਼ਾਨ, ਮੈਂ ਕਿਹਾ ਇੱਕ ਫੌਜੀ ਅਫਸਰ ਕੋਲੋਂ ਸਾਰੀ ਆਰਮੀ ਡਰ ਗਈ ਉਹਨਾਂ ਦੀ। ਉਹ ਤੇ 7-8 ਕਿਲੋਮੀਟਰ ਅੰਦਰ ਜਾ ਕੇ ਪਤਾ ਲੱਗਿਆ ਕਿ ਮੈਂ ਤਾਂ ਗਲਤ ਕੰਟਰੀ ਦੇ ਵਿੱਚ ਆ ਗਿਆ, ਇਹਦੇ ਨਾਲ ਤਾਂ ਸਾਡੀ ਲੜਾਈ ਕੋਈ ਨਹੀਂ। ਉੱਥੋਂ ਬਾਰਡਰ ਭੀੜਾ, ਮੇਰਾ ਟੈਂਕ ਵੀ ਨਾ ਮੁੜੇ। ਫਿਰ ਬੈਕ ਗੇਅਰ ਦੇ ਵਿੱਚ 7-8 ਕਿਲੋਮੀਟਰ ਮੈਂ ਟੈਂਕ ਵਾਪਸ ਲੈ ਕੇ ਆਇਆ। ਬੇਟੇ, ਤੁਹਾਨੂੰ ਦੱਸਿਆ ਸੀ ਨਾ, ਪੁੱਛ ਲਓ ਜਵਾਕ ਤੋਂ, ਸਵਾਦ ਜਿਹਾ ਨਹੀਂ ਆਇਆ। ਲੜਾਈਆਂ ਹੋਈਆਂ, ਪਰ ਹਰ ਲੜਾਈ ਪਬਲਿਕ ਕੋ ਨਹੀਂ ਦੱਸੀ ਜਾਂਦੀ। ਇਹ ਕੰਟਰੀ ਕਾ ਸੀਕਰਟ ਹੋਤਾ ਹੈ, ਠੀਕ ਹੈ ਕਿ ਨਹੀਂ? ਮੈਨੂੰ ਹੀ ਪਤਾ ਮੈਂ ਕਿਵੇਂ ਦੁਸ਼ਮਣ ਕੇ ਸਿਰ ਗਾਜਰ ਮੂਲੀ ਵਾਂਗੂ ਵੱਢਦਾ ਰਿਹਾ। ਚੱਲ ਬੇਟਾ, ਤੁਮਕੋ ਸਕੂਲ ਛੱਡ ਕੇ ਆਉਂ, ਲੇਟ ਹੋ ਰਹੇ ਹੈ।